ਦੇਸ਼ ਦੇ ਪੰਜ ਸੂਬਿਆਂ 'ਚ ਮੁਕੰਮਲ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਨੂੰ ਬੰਗਾਲ ਵਿੱਚ ਪੈਰਾਂ ਸਿਰ ਨਹੀਂ ਹੋਣ ਦਿੱਤਾ ਤੇ ਵੱਡੀ ਤੇ ਇਤਿਹਾਸਕ ਜਿੱਤ ਹਾਸਲ ਕਰਦੇ ਮਮਤਾ ਬੇਨਰਜੀ ਨੇ ਤੀਜੀ ਵਾਰ ਸਰਕਾਰ ਬਣਾਉਣ ਦਾ ਦਾਵਾ ਠੋਕਿਆ ਉੱਥੇ ਹੀ ਕੇਰਲ ਵਿੱਚ ਵੀ 50 ਸਾਲਾਂ ਬਾਅਦ ਨਵਾਂ ਇਤਿਹਾਸ ਰਚਿਆ ਗਿਆ ਹੈ ਇਹ ਇਤਿਹਾਸ ਉਸੇ ਖੱਬੇਪੱਖੀ ਪਾਰਟੀ ਵੱਲੋਂ ਲਿਖਿਆ ਗਿਆ ਜਿਸ ਨੇ 1957 'ਚ ਰਾਜ ਵਿੱਚ ਪਹਿਲੀ ਕਮਿਊਨਿਸਟ ਸਰਕਾਰ ਬਣਾਈ ਸੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਹੁਣ ਉਹੀ ਕਮਿਊਨਿਸਟ ਪਾਰਟੀ 50 ਸਾਲਾਂ ਬਾਅਦ ਲਗਾਤਾਰ ਦੂਜੀ ਵਾਰ ਕੇਰਲ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਇਸ ਤੋਂ ਪਹਿਲਾਂ ਇਹ ਕਮਿਊਨਿਸਟ ਪਾਰਟੀ ਨੇ 1970 ਵਿੱਚ ਰਾਜ ਵਿੱਚ ਜਿੱਤ ਹਾਸਲ ਕੀਤੀ ਸੀ ਉਸ ਸਮੇਂ ਤੋਂ ਲੈ ਕੇ ਹਰ 5 ਸਾਲਾਂ ਬਾਅਦ ਸੂਬੇ 'ਚ UDF ਅਤੇ LDF ਵਾਰੋ-ਵਾਰੀ ਰਾਜ ਕਰਦੇ ਰਹੇ ਨੇ ਪਰ ਇਸ ਬਾਰੇ ਨਵਾਂ ਇਤਿਹਾਸ ਰਾਜ ਦੇ ਮੁੱਖ ਮੰਤਰੀ ਪਿੰਨਰਾਈ ਵਿਜੇਨ ਨੇ ਲਿਖੇ ਵਿਜੇਨ ਨੂੰ ਕੇਰਲ ਵਿੱਚ ਰਾਜ ਦਾ ਮੋਦੀ ਕਿਹਾ ਜਾਂਦਾ ਹੈ ਪਿੰਨਰਾਈ ਦੀ ਚੋਣ ਰਣਨੀਤੀ ਬਾਰੇ ਗੱਲ ਕਰੀਏ ਤਾਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਵਿਜਨ ਪਾਰਟੀ 'ਚ ਨਿਯਮ ਲੈ ਕੇ ਆਏ ਕਿ ਜਿਨ੍ਹਾਂ ਨੇ ਲਗਾਤਾਰ 2 ਵਾਰ ਚੋਣਾਂ ਜਿੱਤੀਆਂ ਨੇ ਉਹਨਾਂ ਨੂੰ 3ਜੀ ਵਾਰ ਟਿਕਟ ਨਹੀਂ ਮਿਲੇਗੀ ਸ਼ੁਰੂਆਤ ਵਿੱਚ ਪਾਰਟੀ 'ਚ ਕਾਫੀ ਹੰਗਾਮਾ ਵੀ ਹੋਇਆ ਸੀ ਤੇ ਜਦੋਂ ਟਿਕਟਾਂ ਦੇਣ ਦੀ ਵਾਰੀ ਆਈ ਤਾਂ ਵਿਜਨ ਨੇ ਪਾਰਟੀ ਦੇ 33 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਇਸ ਵਿੱਚ ਪੰਜ ਮੰਤਰੀ ਵੀ ਸ਼ਾਮਲ ਸਨ ਤੇ ਇਹ ਸੀਪੀਐਮ ਦੇ ਛੋਟੀ ਦੇ ਆਗੂ ਸਨ ਵਿਜਨ ਦੀ ਇਸ ਦੰਨੀਤੀ ਨੇ ਕੰਮ ਕੀਤਾ ਕਿਉਂਕਿ ਪਾਰਟੀ ਨੇ ਉਹਨਾਂ ਵਿਧਾਇਕਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਿਨ੍ਹਾਂ ਨਾਲ ਲੋਕ ਨਿਰਾਸ਼ਨ ਇਸ ਜਿੱਤ ਵਿੱਚ ਵੱਡਾ ਕਾਰਨ ਭਾਵੇਂ ਵਿਜਨ ਦੀ ਪ੍ਰਸਿੱਧੀ ਰਹੀ ਕਿਉਂਕਿ ਇੱਕ ਸਰਵੇਖਣ ਮੁਤਾਬਕ ਵਿਜਨ ਦੀ ਪ੍ਰਸਿੱਧੀ ਬਾਕੀ ਨੇਤਾਵਾਂ ਨਾਲੋਂ 45% ਵੱਧ ਹੈ ਲੋਕ ਉਹਨਾਂ ਨੂੰ ਫੈਸਲਾ ਲੈਣ ਵਾਲੇ ਉਹ ਗਾਗੂ ਤੇ ਪ੍ਰਬੰਧਕ ਮੰਨਦੇ ਨੇ ਕਿਉਂਕਿ ਸੂਬੇ ਚਾਏ ਹੜ੍ਹਾਂ ਤੋਂ ਬਾਅਦ ਉਹਨਾਂ ਨੇ ਹਲਾਤਾਂ ਨਾਲ ਚੰਗੀ ਤਰ੍ਹਾਂ ਨਜਿੱਠਿਆ ਤੇ ਲੋਕਾਂ ਦੀ ਮਦਦ ਕੀਤੀ ਉਸ ਤੋਂ ਬਾਅਦ ਕੋਵਿਡ ਦੀ ਸਥਿਤੀ ਨੂੰ ਬੇਕਾਬੂ ਹੋਣ ਨਹੀਂ ਦਿੱਤਾ ਵਿੱਜਨ ਨੇ ਹਰ ਘਰ ਕੋਵਿਡ ਕਿੱਟਾਂ ਤੇ ਮੁਫਤ ਰਾਸ਼ਨ ਕਿੱਟਾਂ ਦਿੱਤੀਆਂ ਪ੍ਰਵਾਸੀ ਮਜ਼ਦੂਰਾਂ ਲਈ ਕਮਿਊਨਿਟੀ ਰਸੋਈ ਦਾ ਪ੍ਰਬੰਧ ਕੀਤਾ ਖਾੜੀ ਤੋਂ ਪਰਤੇ ਲੋਕਾਂ ਨੂੰ ਪੈਸੇ ਦਿੱਤੇ ਸੰਕਟ ਦੇ ਸਮੇਂ ਬਜ਼ੁਰਗਾਂ ਨੂੰ ਸਮੇਂ ਸਿਰ ਵੈਲਫੇਅਰ ਪੈਨਸ਼ਨ ਦਿੱਤੀ ਸਿਰਫ ਇੰਨਾ ਹੀ ਨਹੀਂ ਸੂਬੇ ਪਰ ਚ ਕੋਵਿਡ ਦੀ ਟੀਕੇ ਨੂੰ ਮੁਫਤ ਉਪਲਬਧ ਕਰਵਾਇਆ ਉਧਰ ਭਾਵੇਂ ਆਜਪਾ ਨੇ ਸੂਬੇ 'ਚ ਤ੍ਰੂਵੀਕਰਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੂਬੇ 'ਚ ਸਬਰੀਮਾਲਾ ਮੰਦਰ ਅਤੇ ਲਵ ਜਿਹਾਦ ਦਾ ਮੁੱਦਾ ਬੜੇ ਜ਼ੋਰ ਨਾਲ ਚੁੱਕਿਆ ਗਿਆ ਵਿਕਾਸ ਦੇ ਨਾਂ ਤੇ ਮੈਟਰੋ ਮੈਨ ਸ਼੍ਰੀਦਰਨ ਨੂੰ ਲੈ ਕੇ ਆਏ ਪਰ ਪਾਰਟੀ ਦੋਰੇ ਅੰਕਾਂ ਤੱਕ ਨਹੀਂ ਪਹੁੰਚ ਸਕੀ ਪਰ ਇਹ ਸਭ ਬੇਕਾਰ ਸਾਬਿਤ ਹੋ ਗਿਆ ਤੇ ਕੇਰਲ ਦੇ ਲੋਕਾਂ ਨੂੰ ਪਿੰਨਰਾਈ ਵਿਜਨ ਦਾ ਕੰਮ ਕਰਨ ਦਾ ਤਰੀਕਾ ਪਸੰਦ ਆਇਆ